ਆਪ ਲਹੁ ਤੁਮ ਕਥਾ ਸੁਧਾਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਹਾਂਗੀਰ ਸੁਨ ਬਹੁਤ ਪ੍ਰਸੰਨ, ਕਹਿ ਵਜ਼ੀਰ ਖਾਂ ਕੋ ਧਨ ਧਨ। ਦੀਨੋ ਬਹੁ ਮੋਲਾ ਸਿਰ ਪਾਏ, ਪੰਚ ਸਹੰਸਰ ਧਨ ਮੰਗਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਗੁਰੂ ਕੀ ਸਾਹਿਬ ਜੀ ਨਿਵਾਜੀ ਹੋਈ, ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ ਜੋ ਕਿ ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਕੀ ਪਾਵਨ ਕਥਾ ਸਰਵਣ ਕਰ ਰਹੇ ਹੋ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਗਵਾਲੀਅਰ ਦੇ ਕਿਲ੍ਹੇ ਵਿੱਚ ਹਨ। ਬਾਦਸ਼ਾਹ ਨੇ ਆਪਣੇ ਉਮਰਾਵ ਸਤਿਗੁਰਾਂ ਨੂੰ ਲਿਆਉਣ ਵਾਸਤੇ ਭੇਜੇ, ਗੁਰੂ ਸਾਹਿਬ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਤਾਂ ਬਾਦਸ਼ਾਹ ਨੇ ਵਜ਼ੀਰ ਖਾਂ ਨੂੰ ਤਿਆਰ ਕੀਤਾ ਹੈ ਕਿ ਤੂੰ ਗੁਰੂ ਘਰ ਦਾ ਸ਼ਰਧਾਲੂ ਹੈ, ਜਾ ਕੇ ਗੁਰੂ ਸਾਹਿਬ ਨੂੰ ਬੇਨਤੀ ਕਰ। ਗੁਰੂ ਸਾਹਿਬ ਮੇਰੀ ਬੇਨਤੀ ਮੰਨ ਕੇ ਦਿੱਲੀ ਆ ਜਾਣ ਅਤੇ ਸਾਨੂੰ ਦਰਸ਼ਨ ਦੇਣ। ਬਾਦਸ਼ਾਹ ਦਾ ਇਹ ਸੁਨੇਹਾ ਲੈ ਕੇ ਭਾਈ ਵਜ਼ੀਰ ਖਾਂ ਜੀ ਜਾ ਰਹੇ ਨੇ, ਆਓ ਇਹ ਕਥਾ ਸਰਵਣ ਕਰੀਏ। ਮਨ ਬਿਰਤੀ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜ ਕੇ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਹਾਂਗੀਰ ਸੁਨ ਬਹੁਤ ਪ੍ਰਸੰਨ। ਬਾਦਸ਼ਾਹ ਜਹਾਂਗੀਰ ਵਜ਼ੀਰ ਖਾਂ ਕੋਲੋਂ ਗੁਰੂ ਘਰ ਦੀ ਮਹਿਮਾ ਸੁਣ ਕੇ ਬੜਾ ਪ੍ਰਸੰਨ ਹੋਇਆ ਹੈ। ਕਹਿ ਵਜ਼ੀਰ ਖਾਂ ਕੋ ਧਨ ਧਨ। ਕਹਿਣ ਲੱਗਾ, ਵਜ਼ੀਰ ਖਾਂ ਤੂੰ ਧਨ ਹੈ, ਤੇਰੇ ਮਨ ਵਿੱਚ ਗੁਰੂ ਪ੍ਰਤੀ ਇੰਨੀ ਸ਼ਰਧਾ, ਇੰਨਾ ਪਿਆਰ ਹੈ। ਦੀਨੋ ਬਹੁ ਮੋਲਾ ਸਿਰ ਪਾਏ। ਤੋ ਬਾਦਸ਼ਾਹ ਨੇ ਵਜ਼ੀਰ ਖਾਂ ਨੂੰ ਬਹੁ ਕੀਮਤੀ ਸਰੋਪਾ ਬਖਸ਼ਿਸ਼ ਕੀਤਾ ਹੈ। ਪੰਚ ਸਹੰਸਰ ਧਨ ਮੰਗਵਾਏ। ਸੋ 5000 ਰੁਪਈਆ ਵੀ ਬਾਦਸ਼ਾਹ ਨੇ ਖਜ਼ਾਨੇ ਵਿੱਚੋਂ ਮੰਗਵਾਇਆ ਹੈ। ਉਚਰੀ ਬਾਤ ਅਪੂਰਬ ਨੀਕੀ। ਕਹਿਣ ਲੱਗਾ, ਵਜ਼ੀਰ ਖਾਂ ਤੂੰ ਅੱਜ ਬੜੀ ਚੰਗੀ ਸਲਾਹ ਦਿੱਤੀ ਹੈ। ਮਹਿਦ ਸੁਖਦ ਸਦ ਹੀ ਪ੍ਰਿਆ ਜੀ ਕੀ। ਇਹ ਮੇਰੇ ਵਾਸਤੇ ਕਲਿਆਣਕਾਰੀ ਹੈ, ਮੇਰੀ ਆਤਮਾ ਦਾ ਭਲਾ ਹੋਵੇਗਾ ਇਹਦੇ ਨਾਲ। ਬਿਨਾ ਕਰਹੋ ਅਬਲੇ ਕਰ ਆਵਹੋ। ਜਾ ਹੁਣ ਤੂੰ ਦੇਰੀ ਨਾ ਕਰ, ਬਿਨਾ ਦੇਰੀ ਦੇ ਗੁਰੂ ਮਹਾਰਾਜ ਸਾਹਿਬ ਜੀ ਨੂੰ ਲੈ ਕੇ ਆਣਾ ਕਰ। ਬਿਨਾ ਬਿਲਮ ਗੁਰ ਨਿਕਟ ਸਦਾਵਹੋ। ਬਿਨਾ ਦੇਰੀ ਦੇ ਗੁਰੂ ਸਾਹਿਬ ਜੀ ਦੇ ਕੋਲ ਜਾ ਕੇ ਗੁਰੂ ਸਾਹਿਬ ਜੀ ਨੂੰ ਬੇਨਤੀ ਕਰ ਵੀ ਗੁਰੂ ਸਾਹਿਬ ਕਿਰਪਾ ਕਰਕੇ ਇੱਥੇ ਆ ਜਾਣ। ਹਜ਼ਰਤ ਰੁਖ ਵਜ਼ੀਰ ਖਾਂ ਹੇਰ। ਕਹਿੰਦੇ ਬਾਦਸ਼ਾਹ ਨੇ ਜਦੋਂ ਇਹ ਹੁਕਮ ਦਿੱਤਾ, ਵਜ਼ੀਰ ਖਾਂ ਨੇ ਸੁਣਿਆ। ਚੜ੍ਹਤ ਰੰਗ ਗਮਨਿਓ ਬਿਨ ਦੇਰ। ਵਜ਼ੀਰ ਖਾਂ ਬਿਨਾਂ ਦੇਰੀ ਦੇ ਘੋੜੇ ਤੇ ਸਵਾਰ ਹੋ ਕੇ ਗਵਾਲੀਅਰ ਵੱਲ ਚੱਲ ਪਿਆ। ਜੇ ਕੈਦੀ ਮਹਿਪਾਲ ਕਸਾਰੇ। ਗਵਾਲੀਅਰ ਦੇ ਕਿਲ੍ਹੇ ਵਿੱਚ ਜਿਹੜੇ 52 ਰਾਜੇ ਕੈਦੀ ਕੀਤੇ ਹੋਏ ਹਨ। ਸੁਨੀ ਸ਼ਾਹ ਨੇ ਗੁਰੂ ਹਕਾਰੇ। ਉਹਨਾਂ ਨੇ ਜਦੋਂ ਪਤਾ ਲੱਗਾ ਕਿ ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਬਾਦਸ਼ਾਹ ਨੇ ਵਾਪਸ ਦਿੱਲੀ ਸੱਦ ਲਿਆ ਹੈ ਅਤੇ ਗੁਰੂ ਸਾਹਿਬ ਹੁਣ ਕਿਲ੍ਹੇ ਵਿੱਚੋਂ ਗਵਾਲੀਅਰ ਚਲੇ ਜਾਣਗੇ,
ਚਿੰਤਾ ਤੁਰ ਔਰ ਵਿਆਕੁਲ ਹੋਏ। ਕਹਿੰਦੇ ਉਹ ਜਿਹੜੇ ਰਾਜੇ ਸਨ 52 ਬੜੇ ਚਿੰਤਿਤ ਹੋ ਗਏ, ਫਿਕਰਮੰਦ ਹੋ ਗਏ, ਚਿੰਤਾ ਦੇ ਵਿੱਚ ਗਲਤਾਨ ਹੋ ਗਏ। ਸ਼ੋਰ ਧੀਰ ਮਨ ਸ਼ੋਕ ਪਰੋਏ। ਕਹਿੰਦੇ ਉਹਨਾਂ ਦਾ ਮਨ ਜਿਹੜਾ ਸੀ ਨਾ ਉਹ ਟੁੱਟ ਗਿਆ, ਸ਼ੋਕ ਦੇ ਵਿੱਚ ਡੁੱਬ ਗਏ ਵੀ ਹੁਣ ਗੁਰੂ ਸਾਹਿਬ ਤੋਂ ਅਸੀਂ ਵਿਛੜ ਜਾਵਾਂਗੇ। ਗੁਰੂ ਸਾਹਿਬ ਜਿਸ ਦਿਨ ਦੇ ਗਵਾਲੀਅਰ ਦੇ ਕਿਲੇ 'ਚ ਆਏ ਨੇ ਉਸ ਦਿਨ ਦਾ ਮਨ ਬੜਾ ਸ਼ਾਂਤ ਸੀ, ਭਜਨ ਬਾਣੀ 'ਚ ਮਨ ਲੱਗਾ ਹੋਇਆ ਸੀ, ਦੁੱਖਾਂ ਨੂੰ ਜਰਨ ਦੀ ਸ਼ਕਤੀ ਮਿਲਦੀ ਸੀ। ਹੁਣ ਇਸ ਦੁੱਖ ਦੇ ਵਿੱਚ ਅਸੀਂ ਇਕੱਲੇ ਹੀ ਰਹਿ ਜਾਵਾਂਗੇ, ਗੁਰੂ ਮਹਾਰਾਜ ਸਾਨੂੰ ਛੱਡ ਕੇ ਫਿਰ ਚਲੇ ਜਾਣਗੇ। ਹਾਂਜੀ, ਹੋਏ ਇਕੱਤਰ ਸਗਰੇ ਚੱਲ ਆਏ। ਉਹ ਸਾਰੇ ਰਾਜੇ ਇਕੱਠੇ ਹੋ ਕੇ ਗੁਰੂ ਸਾਹਿਬ ਦੇ ਕੋਲ ਆ ਗਏ। ਕਰ ਦਰਸ਼ਨ ਪਾਇਨ ਲਪਟਾਏ। ਮਹਾਰਾਜ ਦੇ ਦਰਸ਼ਨ ਕਰਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਦੋ ਕਰ ਜੋਰ ਅਗਾਰੀ ਖਰੇ ਤੇ ਦੋਵੇਂ ਹੱਥ ਜੋੜ ਕੇ ਗੁਰੂ ਸਾਹਿਬ ਦੇ ਸਾਹਮਣੇ ਖਲੋ ਗਏ। ਨਿਮਰ ਹੋਏ ਕਿਨ ਸਿਰ ਧਰ ਧਰੇ ਤੇ ਨਿਮਰਤਾ ਦੇ ਨਾਲ ਮਹਾਰਾਜ ਦੇ ਚਰਨਾਂ 'ਚ ਸਿਰ ਧਰ ਕੇ ਦੀਨ ਬਚਨ ਕਿਹ ਆਵਤ ਕੋਈ। ਦੀਨਾ ਦੀਨ ਹੋ ਕੇ ਨਿਮਾਣੇ ਹੋ ਕੇ ਰੋ ਰਹੇ ਨੇ, ਕਗਿਆ ਰਹੇ ਨੇ, ਬੇਨਤੀਆਂ ਕਰ ਰਹੇ ਨੇ। ਸ਼੍ਰੀ ਗੁਰੂ ਤੁਮ ਤੇ ਵੱਡੋ ਨਾ ਹੋਈ। ਹੇ ਮਹਾਰਾਜ ਸੱਚੇ ਪਾਤਸ਼ਾਹ ਜੀ, ਗਰੀਬ ਨਿਵਾਸ ਸਤਿਗੁਰੂ ਜੀ, ਤੁਹਾਡੇ ਤੋਂ ਵੱਡਾ ਕੋਈ ਹੋ ਨਹੀਂ ਸਕਦਾ। ਸਭ ਤੋਂ ਵੱਡਾ ਸਤਿਗੁਰੂ ਨਾਨਕ, ਜਿਨ ਕਰ ਰਾਖੀ ਮੇਰੀ। ਆਪ ਜੀ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋ, ਇਸ ਦੁਨੀਆਂ ਵਿੱਚ ਸਭ ਤੋਂ ਵੱਡੇ ਸਤਿਗੁਰੂ ਜੀ ਤੁਸੀਂ ਹੋ। ਹਾਂਜੀ, ਕੋ ਹਮ ਕੋ ਕਬ ਕਾਨ ਛਟਾਵਾ। ਮਹਾਰਾਜ ਹੁਣ ਅਸੀਂ ਜਿਸ ਨਰਕ ਵਿੱਚ ਪਏ ਹਾਂ ਇੱਥੋਂ ਸਾਨੂੰ ਕੌਣ ਛੁਡਾ ਸਕਦਾ ਹੈ? ਅਸੀਂ ਸਾਰੀ ਉਮਰ ਇਸੇ ਜੇਲ੍ਹ ਵਿੱਚ ਰਹਿਣਾ ਹੈ, ਇੱਥੇ ਹੀ ਮਰਨਾ ਹੈ, ਜਿੰਦੇ ਜੀ ਅਸੀਂ ਘਰ ਨਹੀਂ ਜਾ ਸਕਾਂਗੇ। ਰੱਛਕ ਤੁਮ ਬਿਨ ਅਪਰ ਨਾ ਪਾਵੈ। ਤੁਹਾਡੇ ਤੋਂ ਬਿਨਾਂ ਸਾਡਾ ਮਹਾਰਾਜ ਕੋਈ ਰਾਖਾ ਨਜ਼ਰ ਨਹੀਂ ਆਉਂਦਾ ਸਾਨੂੰ। ਸੰਸਾਰ ਦੇ ਸਾਰੇ ਰਿਸ਼ਤੇ ਨਾਤੇ ਹੁਣ ਸਾਨੂੰ ਛੱਡ ਗਏ ਨੇ, ਹੁਣ ਸੱਜਣ ਮਿੱਤਰ ਕੋਈ ਸਾਡਾ ਰਿਹਾ ਨਹੀਂ। ਹੁਣ ਤਾਂ ਤੁਸੀਂ ਸਾਡੇ ਸੱਜਣ ਹੋ, ਤੁਸੀਂ ਸਾਡੇ ਮਿੱਤਰ ਹੋ, ਤੁਸੀਂ ਸਾਡੇ ਰਾਖੇ ਹੋ, ਲੋਕ ਪ੍ਰਲੋਕ ਦੇ ਸਰਾਖੇ ਹੋ। ਹਾਂਜੀ, ਸ਼੍ਰੀ ਕਰਤਾਰ ਕਿਰਪਾਲ ਕਹੰਤੇ। ਤੁਸੀਂ ਪਰਮੇਸ਼ਰ ਦਾ ਹੀ ਰੂਪ ਹੋ, ਪਰਮਾਤਮਾ ਕਿਰਪਾਲੂ ਹੈ, ਦਿਆਲੂ ਹੈ, ਮਿਹਰਬਾਨ ਹੈ। ਤਿੰਨ ਸਰੂਪ ਹਮ ਤੁਮਹਿ ਲਖੰਤੇ। ਅਸੀਂ ਉਹੀ ਪਰਮਾਤਮਾ ਦਾ ਰੂਪ ਤੁਹਾਨੂੰ ਜਾਣਦੇ, ਤੁਸੀਂ ਵੀ ਉਸੇ ਪਰਮੇਸ਼ਰ ਦਾ ਹੀ ਰੂਪ ਹੋ। ਸ਼ਰਨ ਪਰੇ ਕੀ ਲਾਜ ਨਿਭਾਹੋ। ਕਿਰਪਾ ਕਰੋ, ਸ਼ਰਨ ਪਿਆਂ ਦੀ ਲਾਜ ਰੱਖ ਲਓ। ਸਾਨੂੰ ਆਪਣੇ ਦਾਸ ਜਾਣ ਕੇ, ਆਪਣੇ ਸੇਵਕ ਜਾਣ ਕੇ ਆਪਣੇ ਚਰਨਾਂ ਵਿੱਚ ਰੱਖੋ ਮਹਾਰਾਜ। ਦਾਨ ਅਭੈਤਾ ਦੇਹੋ ਉਤਸਾਹੋ। ਔਰ ਸਾਨੂੰ ਅਭੈ ਦਾਨ ਦਿਓ, ਸਾਡਾ ਡਰ, ਸਾਡਾ ਫਿਕਰ, ਸਾਡੀ ਚਿੰਤਾ, ਸਾਡੇ ਗਮ ਦੂਰ ਕਰ ਦਿਓ ਸੱਚੇ ਪਾਤਸ਼ਾਹ। ਦੀਨਨ ਪਰ ਦਿਆਲ ਕੀ ਬਾਣ। ਆਪ ਜੀ ਦੀ ਆਦਤ ਹੈ, ਬਾਣ ਹੈ, ਸੁਭਾਅ ਹੈ, ਤੁਸੀਂ ਗਰੀਬਾਂ ਨੂੰ ਨਿਵਾਜਦੇ ਹੋ, ਦੀਨਾਂ 'ਤੇ ਦਇਆ ਕਰਦੇ ਹੋ, ਦੀਨ ਦੁਖੀ ਦੇ ਰਾਖੇ ਤੁਸੀਂ ਹੋ ਮਹਾਰਾਜ। ਬਿਰਧ ਗਰੀਬ ਨਿਵਾਜ ਮਹਾਨ। ਮਹਾਰਾਜ ਤੁਹਾਡਾ ਬਿਰਧ ਹੈ ਗਰੀਬ ਨਿਵਾਜ, ਤੁਹਾਡੇ ਤੋਂ ਵੱਧ ਕੇ ਗਰੀਬਾਂ ਨੂੰ ਨਵਾਜਣ ਵਾਲਾ ਇਸ ਸੰਸਾਰ 'ਤੇ ਕੋਈ ਨਹੀਂ ਹੈ। ਹਾਂਜੀ, ਬਿਨ ਗੁਣ ਗਜ ਅਰਾਧਨਾ ਕਰੀ। ਮਹਾਰਾਜ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਜਿਵੇਂ ਇੱਕ ਹਾਥੀ ਤੁਹਾਡੀ ਸ਼ਰਨ ਵਿੱਚ ਆਇਆ ਸੀ। ਉਸ ਹਾਥੀ ਵਿੱਚ ਕੋਈ ਗੁਣ ਨਹੀਂ ਸੀ, ਉਹ ਵਿਚਾਰਾ ਇੱਕ ਪਸ਼ੂ ਸੀ, ਪਰ ਉਹਨੇ ਤੁਹਾਨੂੰ ਯਾਦ ਕੀਤਾ ਸੀ। ਉਸ ਵੇਲੇ ਜਦੋਂ ਉਹ ਪਾਣੀ ਦੇ ਵਿੱਚ
ਉਹਦੀਆਂ ਲੱਤਾਂ ਨੂੰ ਤੰਦੂਏ ਨੇ ਗਰਾਹ ਨੇ ਪਕੜ ਲਿਆ ਅਤੇ ਥੱਲੇ ਹੀ ਉਸ ਨੂੰ ਖਿੱਚੀ ਜਾਂਦਾ ਸੀ। ਹਾਥੀ ਡੁੱਬਣ ਲੱਗਾ ਸੀ। ਡੁੱਬਦੇ ਹੋਏ ਹਾਥੀ ਨੇ ਮਹਾਰਾਜ ਤੁਹਾਨੂੰ ਯਾਦ ਕੀਤਾ ਸੀ ਅਤੇ ਉਸ ਵੇਲੇ ਘਰ ਧਰੇ ਚੱਕਰ ਬੈਕੁੰਠ 'ਤੇ ਆਏ। ਗਜ ਹਸਤੀ ਕੇ ਪ੍ਰਾਣ ਉਬਾਰੀਏਲੇ, ਮਹਾਰਾਜ ਤੁਸੀਂ ਸੁਦਰਸ਼ਨ ਚੱਕਰ ਮਾਰ ਕੇ ਤੰਦੂਏ ਦੀਆਂ ਤੰਦਾਂ ਕੱਟ ਦਿੱਤੀਆਂ, ਹਾਥੀ ਨੂੰ ਬਾਹਰ ਕੱਢ ਲਿਆ ਸੀ। ਜਿਵੇਂ ਮਹਾਰਾਜ ਗਜ ਦੀ ਹਾਥੀ ਦੀ ਸਹਾਇਤਾ ਕੀਤੀ ਸੀ, ਨਗਨ ਚਰਨ ਤਾਏ ਪ੍ਰਭ ਹਰੀ, ਉਦੋਂ ਮਹਾਰਾਜ ਨੰਗੇ ਪੈਰੀ ਤੁਸੀਂ ਦੌੜੇ ਆਏ ਸੀ ਅਤੇ ਆ ਕੇ ਉਸ ਹਾਥੀ ਦੀ ਜਾਨ ਬਚਾਈ ਸੀ। ਸ਼੍ਰੀ ਗੁਰ ਸਰਬ ਭਾਂਤ ਸਮਰੰਥ। ਹੇ ਮਹਾਰਾਜ ਜੀ, ਆਪ ਸਰਬ ਭਾਂਤ ਸਮਰੱਥ ਹੋ, ਸਭ ਕੁਛ ਕਰ ਸਕਦੇ ਹੋ। ਤੁਹਾਡੇ ਹੁਕਮ ਤੋਂ ਬਿਨਾਂ ਮਹਾਰਾਜ ਪੱਤਾ ਨਹੀਂ ਹਿੱਲ ਸਕਦਾ। ਸਭ ਕੁਛ ਤੁਹਾਡੀ ਰਜਾ ਵਿੱਚ ਹੈ ਗੁਰੂ ਜੀ। ਕਰਨ ਕਰਾਮਣ ਹਾਰ ਸੁਆਮੀ ਹੋ ਤੁਸੀਂ। ਹਾਂਜੀ, ਪੰਜਨ ਰਚਨ ਆਪ ਕੇ ਹੱਥ, ਪੰਨਣਾ ਘੜਨਾ ਸਭ ਤੁਹਾਡੇ ਹੱਥ ਵਿੱਚ ਹੈ। ਜੋ ਚਾਹੋ ਤੁਸੀਂ ਕਰ ਸਕਦੇ ਹੋ। ਜਲ ਅਤੇ ਥਲ ਕਰ, ਥਲ ਅਤੇ ਕੂਆਂ, ਕੂਪ ਅਤੇ ਮੇਰ ਕਰਾਵੈ, ਧਰਤੀ ਅਤੇ ਆਕਾਸ਼ ਚੜਾਵੈ, ਚੜ੍ਹੇ ਆਕਾਸ਼ ਗਿਰਾਵੈ। ਜਿਹੜਾ ਕੰਮ ਕਦੀ ਨਹੀਂ ਹੋ ਸਕਦਾ ਮਹਾਰਾਜ, ਉਹ ਤੁਸੀਂ ਕਰ ਸਕਦੇ ਹੋ। ਹਾਂਜੀ, ਤੁਮ ਤੇ ਹੋਏ ਹਮ ਕੈਦ ਖਲਾਸੀ। ਹੇ ਮਹਾਰਾਜ, ਤੁਹਾਡੀ ਕਿਰਪਾ ਨਾਲ ਸਾਡੀ ਜੇਲ੍ਹ ਵਿੱਚੋਂ, ਇਸ ਨਰਕ ਵਿੱਚੋਂ ਬੰਦ ਖਲਾਸੀ ਹੋ ਸਕਦੀ ਹੈ। ਤੁਸੀਂ ਸਾਨੂੰ ਇੱਥੋਂ ਕੈਦ ਵਿੱਚੋਂ ਕਢਾ ਸਕਦੇ ਹੋ। ਅਪਰ ਸਭਨ ਤੇ ਪਏ ਨਿਰਾਸੀ। ਹੋਰ ਸਾਰਿਆਂ ਪਾਸਿਆਂ ਤੋਂ ਅਸੀਂ ਨਿਰਾਸ਼ ਹੋ ਗਏ ਹਾਂ। ਹੋਰ ਸਾਡੀ ਹੁਣ ਕੋਈ ਆਸ ਉਮੀਦ ਰਹਿ ਨਹੀਂ ਗਈ ਗੁਰੂ ਜੀ। ਬੈਸ ਬਿਤਾਏ ਬੀਚ ਹੀ ਮਰੈ। ਹੁਣ ਮਹਾਰਾਜ ਅਸੀਂ ਸਾਰੀ ਉਮਰ ਇਸੇ ਕਿਲ੍ਹੇ ਵਿੱਚ ਹੀ ਬਿਤਾਵਾਂਗੇ ਅਤੇ ਇਸੇ ਕਿਲ੍ਹੇ ਵਿੱਚ ਹੀ ਅਸੀਂ ਮਰਾਂਗੇ ਸੱਚੇ ਪਾਤਸ਼ਾਹ। ਹਾਂਜੀ, ਤੁਮ ਤੇ ਛੁੱਟ ਹੈ ਆਸ ਹਮ ਧਰੈ। ਹੁਣ ਅਸੀਂ ਇਹੀ ਆਸ ਰੱਖਦੇ ਹਾਂ ਕਿ ਆਪ ਜੀ ਸਾਨੂੰ ਛੁਡਾ ਕੇ ਇਸ ਕਿਲ੍ਹੇ ਵਿੱਚੋਂ ਲਿਜਾ ਸਕਦੇ ਹੋ। ਇਤਿਆਦਿਕ ਕਹਿ ਬਿਨੈ ਬਡੇਰੀ। ਇਸ ਪ੍ਰਕਾਰ ਦੇ ਨਾਲ ਉਹਨਾਂ ਰਾਜਿਆਂ ਨੇ ਬੜੀ ਨਿਮਰਤਾ ਨਾਲ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀਆਂ ਕੀਤੀਆਂ। ਕਿਰਪਾ ਦ੍ਰਿਸ਼ਟ ਸੁਨ ਸਤਿਗੁਰ ਹੇਰੀ। ਉਹਨਾਂ ਰਾਜਿਆਂ ਦੀ ਬੇਨਤੀਆਂ ਸੁਣ ਕੇ ਮਹਾਰਾਜ ਕਿਰਪਾ ਦੇ ਘਰ ਵਿੱਚ ਆਏ। ਆਪਣੀ ਰਸਨਾ ਤੋਂ ਉਹਨਾਂ ਨੂੰ ਆਸ਼ਵਾਸਨ ਦਿੱਤਾ ਹੈ। ਦਈ ਧੀਰਜ ਤੇ ਨਰਨਾਥ। ਧੀਰਜ ਦਿੱਤਾ, ਹੌਸਲਾ ਦਿੱਤਾ, ਕਹਿਣ ਲੱਗੇ, ਹੇ ਜਿੰਨੇ ਵੀ ਰਾਜੇ ਤੁਸੀਂ ਸਾਡੀ ਸ਼ਰਨ ਵਿੱਚ ਹੋ ਭਾਈ, ਤੁਮਕੋ ਰੱਖਾਂਗੇ ਹਮ ਸਾਥ। ਤੁਹਾਨੂੰ ਅਸੀਂ ਆਪਣੇ ਨਾਲ ਰੱਖਾਂਗੇ। ਤੁਸੀਂ ਹੁਣ ਸਾਡੀ ਸ਼ਰਨ ਵਿੱਚ ਆ ਗਏ ਹੋ। ਅਸੀਂ ਤੁਹਾਨੂੰ ਇਸ ਜੇਲ੍ਹ ਵਿੱਚੋਂ ਛੁਡਾਵਾਂਗੇ ਜਾਂ ਫਿਰ ਅਸੀਂ ਵੀ ਤੁਹਾਡੇ ਕੋਲ ਹੀ ਰਵਾਂਗੇ। ਹਾਂਜੀ, ਸੰਗ ਲੈ ਸਭ ਨਿਕਸਨ ਕਰਾਂ। ਅਸੀਂ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਨਿਕਲਾਂਗੇ, ਅਸੀਂ ਤੁਹਾਨੂੰ ਛੱਡ ਕੇ ਨਹੀਂ ਜਾਵਾਂਗੇ। ਹਾਂਜੀ, ਨਾ ਤਾਂ ਹਮ ਪੀ ਇਸ ਹੀ ਥਲ ਥਿਰਾਂ। ਜੇ ਨਾ ਗਏ ਤਾਂ ਅਸੀਂ ਵੀ ਤੁਹਾਡੇ ਕੋਲ ਰਵਾਂਗੇ, ਜੇ ਜਾਵਾਂਗੇ ਤਾਂ ਤੁਹਾਨੂੰ ਲੈ ਕੇ ਜਾਵਾਂਗੇ। ਇਹ ਤੁਸੀਂ ਆਪਣੇ ਮਨ 'ਚ ਪੱਕਾ ਵਿਸ਼ਵਾਸ ਕਰ ਲਓ ਵੀ ਅਸੀਂ ਤੁਹਾਨੂੰ 52 ਰਾਜਿਆਂ ਨੂੰ ਹੁਣ ਮੁਕਤੀ ਦਵਾਵਾਂਗੇ, ਜੇਲ੍ਹ ਵਿੱਚੋਂ ਕਢਾਵਾਂਗੇ। ਕਰ ਹੈ ਸਭ ਕੀ ਬੰਦ ਖਲਾਸ। ਤੁਹਾਡੀ ਸਾਰਿਆਂ ਦੀ ਬੰਦ ਖਲਾਸੀ ਕਰਾਵਾਂਗੇ। ਸਿਮਰੋ ਸਤਨਾਮ ਸੁਖਰਾਸ। ਤੁਸੀਂ ਸਤਨਾਮ ਸ੍ਰੀ ਵਾਹਿਗੁਰੂ ਦਾ ਸਿਮਰਨ ਕਰੋ। ਸੁਣਤ ਨਰਿੰਦਰ ਬਿਲੰਦ ਆਨੰਦੇ। ਸੁਣ ਕੇ ਸਾਧ ਸੰਗਤ ਜੀ, ਰਾਜੇ ਬੜੇ ਖੁਸ਼ ਹੋਏ ਜਦੋਂ ਮਹਾਰਾਜ ਨੇ ਉਹਨਾਂ ਨੂੰ ਭਰੋਸਾ ਦਵਾਇਆ।
ਵੀ ਅਸੀਂ ਤੁਹਾਨੂੰ ਛਡਾਵਾਂਗੇ, ਨਹੀਂ ਤਾਂ ਤੁਹਾਡੇ ਕੋਲ ਹੀ ਇੱਥੇ ਰਹਾਂਗੇ। ਰਾਜੇ ਖੁਸ਼ ਹੋਏ। ਅਟਲ ਬਚਨ ਜਗ ਬੰਦ ਮੁਕੰਦੇ, ਉਹ ਸੋਚਦੇ ਵੀ ਗੁਰੂ ਸਾਹਿਬ ਦੇ ਬਚਨ ਟਾਲ ਨਹੀਂ ਸਕਦੇ, ਜੋ ਮਹਾਰਾਜ ਨੇ ਜ਼ਬਾਨ ਕਰ ਦਿੱਤੀ ਹੈ, ਰਸਨਾ ਤੋਂ ਬਚਨ ਕਰ ਦਿੱਤਾ, ਇਹ ਬਚਨ ਮਹਾਰਾਜ ਜ਼ਰੂਰ ਪੂਰਾ ਕਰਨਗੇ। ਹਾਂਜੀ ਭਾਈ, ਖੁਸ਼ੀ ਜਨ ਨਿਕਲੇ ਕੈਦ, ਉਹ ਇੰਨੇ ਖੁਸ਼ ਹੋ ਗਏ ਰਾਜੇ ਵੀ ਮਾਨੋ ਕੈਦ ਤੋਂ ਨਿਕਲ ਹੀ ਗਏ ਨੇ, ਅਜੇ ਨਿਕਲੇ ਨਹੀਂ ਪਰ ਖੁਸ਼ੀ ਇੰਨੀ ਹੈ ਵੀ ਮਾਨੋ ਨਿਕਲ ਗਏ ਹਾਂ। ਵਿਸ਼ਵਾਸ ਹੋ ਗਿਆ ਗੁਰੂ ਮਹਾਰਾਜ ਨੇ, ਸੱਚੇ ਪਾਤਸ਼ਾਹ ਨੇ ਉਹਨਾਂ ਦੀ ਬਾਂਹ ਫੜ ਲਈ ਅਤੇ ਉਹ ਇੰਨੇ ਖੁਸ਼ ਹੋਏ ਵੀ ਮੰਨ ਲਓ ਨਿਕਲ ਹੀ ਗਏ। ਹਾਂਜੀ ਬੈਠੇ ਛੂਟਣ ਧਾਰ ਉਮੈਦ, ਉਹ ਹੁਣ ਛੁੱਟਣ ਦੀ ਉਮੈਦ ਲਾ ਕੇ ਬੈਠੇ ਨੇ ਵੀ ਅਸੀਂ ਹੁਣ ਜੇਲ੍ਹ 'ਚੋਂ ਛੁੱਟ ਜਾਵਾਂਗੇ ਥੋੜ੍ਹੇ ਦਿਨਾਂ ਤੱਕ। ਦੋਹਰਾ ਜਬ ਵਜ਼ੀਰ ਖਾਂ ਚੜ੍ਹ ਗਏ, ਇੱਧਰੋਂ ਬਾਦਸ਼ਾਹ ਦਾ ਭੇਜਿਆ ਹੋਇਆ ਵਜ਼ੀਰ ਖਾਂ ਦਿੱਲੀ ਤੋਂ ਚੜ੍ਹ ਕੇ ਗਵਾਲੀਅਰ ਗਿਆ ਹੈ। ਬਹੁਤ ਬਰਖ ਕੋ ਪੀਰ, ਉੱਧਰ ਸਾਧ ਸੰਗਤ ਜੀ ਇੱਕ ਬਹੁਤ ਵੱਡੀ ਉਮਰ ਦੇ ਮਹਾਂਪੁਰਸ਼ ਪੀਰ, ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਸਾਈਂ ਮੀਆਂ ਮੀਰ ਜੀ ਕਰਕੇ ਆਉਂਦਾ ਹੈ, ਆਇਓ ਪੁਰ ਕੇ ਨਿਕਟ, ਉਹ ਕਹਿ ਦਿੱਲੀ ਦੇ ਕੋਲ ਆ ਗਏ ਹਨ। ਸੁਣ ਗਏ ਸ਼ਾਹ ਤਿਸ ਤੀਰ, ਬਾਦਸ਼ਾਹ ਉਹਨਾਂ ਨੂੰ ਮਿਲਣ ਵਾਸਤੇ ਸਾਈਂ ਮੀਆਂ ਮੀਰ ਜੀ ਦੇ ਦਰਸ਼ਨ ਕਰਨ ਲਈ ਗਿਆ ਹੈ। ਬਾਦਸ਼ਾਹ ਜਿੱਥੇ ਵੀ ਹੁੰਦੇ ਸੀ ਸਾਈਂ ਮੀਆਂ ਮੀਰ ਜੀ ਦਰਸ਼ਨ ਕਰਨ ਜਾਂਦਾ ਸੀ, ਜੇ ਸਾਈਂ ਜੀ ਲਾਹੌਰ ਹੁੰਦੇ ਸੀ ਉੱਥੇ ਜਾ ਕੇ ਬਾਦਸ਼ਾਹ ਉਹਨਾਂ ਦੇ ਦਰਸ਼ਨ ਕਰਦਾ ਸੀ, ਜੇ ਸਾਈਂ ਜੀ ਦਿੱਲੀ ਜਾਂਦੇ ਸੀ ਉੱਥੇ ਜਾ ਕੇ ਦਰਸ਼ਨ ਕਰਦਾ ਸੀ। ਹਾਂਜੀ ਚੌਪਈ ਮਹਾਂਬ੍ਰਿਧ ਚਰ ਚਰੀ ਸਰੀਰ, ਇਹ ਹੁਣ ਸਾਈਂ ਮੀਆਂ ਮੀਰ ਜੀ ਬੜੇ ਬਿਰਧ ਹੋ ਗਏ, ਬਹੁਤ ਬਜ਼ੁਰਗ ਹੋ ਚੁੱਕੇ ਨੇ, ਸਰੀਰ ਇਹਨਾਂ ਦਾ ਕਮਜ਼ੋਰ ਹੋ ਗਿਆ, ਜਰਜਰੀ ਹੋ ਗਿਆ, ਬਿਰਧ ਹੋ ਚੁੱਕਾ ਹੈ। ਅੰਤਰ ਬ੍ਰਿਤੀ ਰਹਿਤ ਧਰ ਧੀਰ, ਹਰ ਵੇਲੇ ਬ੍ਰਿਤੀ ਅੰਤਰਮੁਖੀ ਰਹਿੰਦੀ ਹੈ, ਬੜੇ ਧੀਰਜਵਾਨ ਬੜੇ ਸੰਤੋਖੀ ਮਹਾਂਪੁਰਸ਼ ਹਨ ਸਾਈਂ ਮੀਆਂ ਮੀਰ ਜੀ, ਹਰ ਵੇਲੇ ਪਰਮੇਸ਼ੁਰ ਦੀ ਯਾਦ ਵਿੱਚ ਜੁੜੇ ਰਹਿੰਦੇ ਹਨ। ਜੁਗ ਪੋਹਨ ਕੇ ਰੋਮ ਪਿਸਾਲਾ, ਆਹ ਜਿਹੜੀਆਂ ਦੋਵੇਂ ਪੋਹਾਂ ਹਨ ਪ੍ਰਵੱਟੇ ਹਨ, ਇਹਨਾਂ ਦੇ ਰੋਮ ਲੰਮੇ ਲੰਮੇ ਹੋ ਕੇ ਅੱਖਾਂ ਦੇ ਅੱਗੇ ਆ ਗਏ ਹਨ। ਭਏ ਸਫੈਦ ਚੁੱਕੇ ਚੱਪ ਜਾਲਾ, ਔਰ ਪ੍ਰਵਟੇ ਵੀ ਚਿੱਟੇ ਹੋ ਚੁੱਕੇ ਹਨ ਤੇ ਅੱਖਾਂ ਅੱਗੇ ਝੁਕ ਗਏ ਹਨ, ਲਮਕ ਗਏ ਹਨ। ਮੁਦਰਤ ਲੋਚਨ ਉਪਰ ਛਾਏ, ਨੇਤਰ ਹਮੇਸ਼ਾ ਸਾਈਂ ਜੀ ਦੇ ਬੰਦ ਰਹਿੰਦੇ ਹਨ ਤੇ ਉਹਨਾਂ ਬੰਦ ਅੱਖਾਂ ਦੇ ਉੱਤੇ ਪ੍ਰਵਟੇ ਛਾਏ ਰਹਿੰਦੇ ਹਨ। ਬੋਲੇ ਕਬਹੂ ਬਹੁਤ ਬੁਲਾਏ, ਸਾਈਂ ਜੀ ਕਦੀ ਕੋਈ ਖਾਸ ਗੱਲ ਹੋਵੇ, ਜ਼ਰੂਰੀ ਕੰਮ ਹੋਵੇ, ਕੋਈ ਬੁਲਾਵੇ ਤਾਂ ਬੋਲਦੇ ਹਨ, ਨਹੀਂ ਤਾਂ ਮੌਨ ਵਿੱਚ ਰਹਿ ਕੇ ਹਰ ਵੇਲੇ ਖੁਦਾ ਦੀ ਇਬਾਦਤ ਕਰਦੇ ਰਹਿੰਦੇ ਹਨ। ਜੋਰ ਜੋਗ ਕੇ ਬੈਸ ਵਿਸਾਲ, ਹੁਣ ਇਹਨਾਂ ਦੀ ਬਿਰਤੀ ਯੋਗ ਵਿੱਚ ਜੁੜੀ ਹੋਈ ਹੈ, ਭਾਵ ਪਰਮਾਤਮਾ ਵਿੱਚ ਲੀਨ ਹਨ, ਹਰ ਵੇਲੇ ਪਰਮੇਸ਼ੁਰ ਦਾ ਭਜਨ ਕਰਦੇ ਹਨ। ਜਿੰਨੇ ਕੁਰਾਨ ਪਾਕ ਵਿੱਚ ਖੁਦਾ ਦੇ ਨਾਮ ਨੇ ਉਹਨਾਂ ਖੁਦਾ ਦੇ ਨਾਮਾਂ ਨੂੰ ਜਪਦੇ ਹਨ, ਗੁਰਬਾਣੀ ਵੀ ਪੜ੍ਹਦੇ ਹਨ ਅਤੇ ਕੁਰਾਨ ਦੀ ਤਲਾਵਤ ਵੀ ਕਰਦੇ ਰਹਿੰਦੇ ਹਨ। ਰਾਖਿਓ ਨਿਜ ਸਰੀਰ ਚਿਰਕਾਲ, ਸਾਈਂ ਜੀ ਦੀ ਉਮਰ ਬਹੁਤ ਹੋ ਚੁੱਕੀ ਹੈ, ਲੰਮੀ ਉਮਰ ਦੇ ਮਾਲਕ ਹਨ, ਆਪਣਾ ਸਰੀਰ ਬਹੁਤ ਸਮਾਂ ਰੱਖਿਆ ਹੈ ਸੰਸਾਰ ਦੇ ਭਲੇ ਵਾਸਤੇ। ਵਹਿਰ ਜਗਤ ਕੇ ਬ੍ਰਿਤ ਉਠਾਈ, ਬਾਹਰ ਜਿਹੜੀ ਸੰਸਾਰ ਵਾਲੇ ਪਾਸੇ ਦੀ ਬਿਰਤੀ ਹੈ ਉਹ ਚੁੱਕ ਲਈ ਹੈ, ਸੰਸਾਰ ਵਾਲੇ ਪਾਸੇ ਬਿਰਤੀ ਨਹੀਂ ਆਉਣ ਦਿੰਦੇ, ਹਰ ਵੇਲੇ ਬਿਰਤੀ ਨਿਰੰਕਾਰ ਵੱਲ ਪਰਮੇਸ਼ਰ ਵੱਲ ਆਈ ਰੱਖਦੇ ਹਨ। ਲੇਤ ਆਨੰਦ ਰਸ ਹਿਰਦੇ ਟਿਕਾਈ, ਆਪਣੇ ਮਨ ਵਿੱਚ ਆਪਣੇ ਆਤਮ ਵਿੱਚ ਬਿਰਤੀ ਟਿਕਾ ਕੇ
ਆਪਣੇ ਅੰਦਰ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਪਰਮੇਸ਼ਰ ਨੂੰ ਵੇਖਦੇ ਹਨ। ਹਰ ਵੇਲੇ ਵਾਹਿਗੁਰੂ ਦੇ ਚਰਨਾਂ 'ਚ ਸੁਰਤੀ ਜੁੜੀ ਰਹਿੰਦੀ ਹੈ। ਜੇ ਤੱਕ ਸ਼ਾਹ ਭਏ ਤਿੰਨ ਆਗੇ, ਜਿੰਨੇ ਕੁ ਬਾਦਸ਼ਾਹ ਜਹਾਂਗੀਰ ਤੋਂ ਪਹਿਲਾਂ ਵੀ ਹੋ ਚੁੱਕੇ ਹਨ, ਅਕਬਰ, ਹਮਾਇਉਂ ਅਤੇ ਬਾਬਰ ਵਰਗੇ ਬਾਦਸ਼ਾਹ, ਰਾਖ ਅਦਬ ਪਦ ਪੰਕਜ ਲਾਗੇ, ਉਹ ਵੀ ਸਾਈਂ ਮੀਆਂ ਮੀਰ ਜੀ ਦਾ ਅਦਬ ਕਰਿਆ ਕਰਦੇ ਸਨ। ਬਾਦਸ਼ਾਹ ਅਕਬਰ ਸਾਰੀ ਉਮਰ ਸਾਈਂ ਮੀਆਂ ਮੀਰ ਜੀ ਦੀ ਰਿਸਪੈਕਟ ਕਰਦਾ ਰਿਹਾ, ਸਤਿਕਾਰ ਕਰਦਾ ਰਿਹਾ। ਜਹਾਂਗੀਰ ਵੀ ਉਸੇ ਤਰ੍ਹਾਂ ਹੀ ਕਰਦਾ ਹੈ। ਚੜ੍ਹੈ ਪਾਲਕੀ ਪਰ ਅਸਵਾਰੀ, ਸਾਈਂ ਮੀਆਂ ਮੀਰ ਜੀ ਬਹੁਤ ਬਿਰਧ ਹਨ, ਇਸ ਕਰਕੇ ਜਿੱਥੇ ਵੀ ਆਉਂਦੇ ਜਾਂਦੇ ਨੇ ਪਾਲਕੀ ਦੀ ਸਵਾਰੀ ਕਰਦੇ ਨੇ। ਉਹਨਾਂ ਨੂੰ ਪਾਲਕੀ 'ਚ ਬਿਠਾ ਕਰਕੇ ਉਹਨਾਂ ਦੀਆਂ ਪਿਆਰੀਆਂ ਸੰਗਤਾਂ ਲੈ ਜਾਂਦੀਆਂ ਹਨ। ਸ਼ਾਹ ਚਲਹਿ ਪਦ ਸਾਥ ਅਗਾਰੀ, ਬਾਦਸ਼ਾਹ ਉਹਨਾਂ ਦੀ ਪਾਲਕੀ ਦੇ ਅੱਗੇ ਅੱਗੇ ਪੈਦਲ ਤੁਰਦਾ ਹੈ। ਜੇ ਬਾਦਸ਼ਾਹ ਨਾਲ ਹੋਵੇ ਉਸ ਵੇਲੇ ਸਾਈਂ ਮੀਆਂ ਮੀਰ ਦੇ ਬਰਾਬਰ ਪਾਲਕੀ ਦੀ ਸਵਾਰੀ ਨਹੀਂ ਕਰਦਾ। ਬਹੁ ਸ਼ਰਧਾ ਰਾਖਤ ਉਰ ਮਾਹੀ, ਬਾਦਸ਼ਾਹ ਸਾਈਂ ਮੀਆਂ ਮੀਰ ਦਾ ਬਹੁਤ ਸਤਿਕਾਰ ਰੱਖਦੇ ਨੇ, ਉਹਨਾਂ ਉੱਤੇ ਬੜੀ ਸ਼ਰਧਾ ਰੱਖਦੇ ਨੇ। ਗਇਓ ਸ਼ਾਹ ਤਬ ਤਿਸ ਕੇ ਪਾਹੀ, ਅਤੇ ਬਾਦਸ਼ਾਹ ਜਹਾਂਗੀਰ ਸਾਈਂ ਮੀਆਂ ਮੀਰ ਜੀ ਨੂੰ ਮਿਲਣ ਵਾਸਤੇ ਅੱਜ ਗਿਆ ਹੈ। ਕਰੀ ਬੰਦਗੀ ਬੈਠਿਓ ਜਾਈ, ਔਰ ਜਾ ਕੇ ਸਾਈਂ ਮੀਆਂ ਮੀਰ ਜੀ ਨੂੰ ਮੱਥਾ ਟੇਕਿਆ, ਬੰਦਗੀ ਕੀਤੀ ਹੈ, ਸਲਾਮ ਕੀਤੀ ਹੈ। ਸਰਬ ਨਰਨ ਕੀ ਭੀੜ ਹਟਾਈ, ਔਰ ਲੋਕਾਂ ਦੀ ਜਿਹੜੀ ਭੀੜ ਸੀ ਹਟਾ ਦਿੱਤੀ ਹੈ। ਜਹਾਂਗੀਰ ਇੱਕ ਦੂਜੋ ਪੀਰ, ਇੱਕ ਜਹਾਂਗੀਰ ਬਾਦਸ਼ਾਹ ਹੈ ਅਤੇ ਇੱਕ ਸਾਈਂ ਮੀਆਂ ਮੀਰ ਜੀ ਹਨ, ਹੋਰ ਕੋਈ ਬੰਦਾ ਤੀਸਰਾ ਉੱਥੇ ਨਹੀਂ ਬੈਠਾ। ਅਪਰ ਨਾ ਰੱਖਿਓ ਆਪਣੇ ਤੀਰ, ਬਾਦਸ਼ਾਹ ਨੇ ਹੋਰ ਕਿਸੇ ਨੂੰ ਆਪਣੇ ਕੋਲ ਨਹੀਂ ਰੱਖਿਆ। ਬੂਜਤ ਭਇਓ ਸੰਤ ਕੇ ਲਛਣ, ਬਾਦਸ਼ਾਹ ਕਹਿੰਦਾ ਸਾਈਂ ਜੀ ਮੈਨੂੰ ਸੰਤਾਂ ਮਹਾਂਪੁਰਸ਼ਾਂ ਦੇ ਦਰਵੇਸ਼ਾਂ ਦੇ ਲੱਛਣ ਸੁਣਾਓ, ਸੰਤ ਮਹਾਂਪੁਰਸ਼ ਕਿੱਦਾਂ ਦੇ ਹੁੰਦੇ ਨੇ। ਕਹੋ ਪੀਰ ਜੀ ਹੈ ਜੋ ਬਚਛਣ, ਹੇ ਪੀਰ ਜੀ ਕਿਰਪਾ ਕਰਕੇ ਮਿਹਰਬਾਨੀ ਕਰਕੇ ਮਹਾਂਪੁਰਸ਼ਾਂ ਦੇ, ਰੱਬ ਦੇ ਪਿਆਰਿਆਂ ਫਕੀਰਾਂ ਦੇ, ਸੂਫੀਆਂ ਦੇ, ਸੰਤਾਂ ਦੇ ਸਾਨੂੰ ਲੱਛਣ ਦੱਸੋ। ਜਿਸ 'ਤੇ ਸੁਖੀ ਰਹੈ ਤਜ ਸ਼ੋਕ, ਇਹੋ ਜਿਹੀ ਅਵਸਥਾ ਕਿਹੜੀ ਹੁੰਦੀ ਹੈ ਜਿਹੜੀ ਖੁਦਾ ਨਾਲ ਇੱਕਮਿੱਕ ਹੋ ਚੁੱਕੇ ਹਨ। ਕਹਿੰਦੇ ਆ ਖੁਦਾ ਵਿੱਚ ਅਤੇ ਫਕੀਰਾਂ 'ਚ ਫਰਕ ਨਹੀਂ ਰਹਿੰਦਾ। ਮੈਂ ਉਹ ਸੁਣਨਾ ਚਾਹੁੰਦਾ ਕਿੱਦਾਂ ਦੇ ਹੁੰਦੇ ਨੇ ਰੱਬ ਦੇ ਬੰਦੇ, ਰੱਬ ਦੇ ਭਗਤ, ਰੱਬ ਦੇ ਪਿਆਰੇ, ਸੁਣ ਕੇ ਮੈਨੂੰ ਬੜਾ ਆਨੰਦ ਆਵੇਗਾ। ਹੋਤ ਨਾ ਦੀਨ ਦੌਨ ਹੂੰ ਲੋਕ, ਕਹਿੰਦੇ ਇਹੋ ਜਿਹੇ ਲੋਕ ਜਿਹੜੇ ਨਾ ਇੱਥੇ ਦੁਖੀ ਹੁੰਦੇ ਨੇ ਨਾ ਅੱਗੇ ਦੁਖੀ ਹੁੰਦੇ ਨੇ, ਦੋਵਾਂ ਲੋਕਾਂ ਵਿੱਚ ਸਦਾ ਹੀ ਵਿਗਾਸ ਪ੍ਰਸੰਨ ਖਿੜੇ ਰਹਿੰਦੇ ਨੇ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ, ਇਹੋ ਜਿਹੇ ਵਿਗਾਸ ਵਿੱਚ ਰਹਿਣ ਵਾਲੇ ਫਕੀਰ ਸੰਤ ਕਿੱਦਾਂ ਦੇ ਹੁੰਦੇ ਨੇ। ਹਾਂਜੀ, ਕਹਾ ਪੀਰ ਸੁਣ ਸੰਤਨ ਭੂਖਨ, ਹਾਂ ਸਾਈਂ ਮੀਆਂ ਮੀਰ ਜੀ ਕਹਿਣ ਲੱਗੇ ਬਾਦਸ਼ਾਹ ਜੋ ਤੂੰ ਪੁੱਛਿਆ ਹੈ ਉਹ ਕਹਿਣ ਤੋਂ ਬਾਹਰ ਦੀ ਗੱਲ ਹੈ, ਪਰ ਜੇ ਤੂੰ ਪੁੱਛਿਆ ਦੱਸਣਾ ਸਾਡਾ ਫਰਜ਼ ਹੈ, ਸੁਣ ਫਿਰ ਤੈਨੂੰ ਦੱਸਦੇ ਹਾਂ ਜਿਹੜੇ ਸੰਤਾਂ ਦੇ ਗਹਿਣੇ ਹਨ, ਜਿਹੜੇ ਸੰਤਾਂ ਦੇ ਗੁਣ ਹਨ, ਸੰਤਾਂ ਦੇ ਸ਼ਿੰਗਾਰ ਹਨ ਜਿਹੜੇ, ਉਹ ਤੈਨੂੰ ਦੱਸਦੇ ਹਾਂ। ਸਭ ਬੇਕਾਰ ਤੇ ਰਹਿ ਅਦੂਖਨ, ਉਹ ਮਹਾਂਪੁਰਸ਼ ਸਾਧੂ ਸਾਰੇ ਬੇਕਾਰਾਂ ਤੋਂ ਦੂਰ ਰਹਿੰਦੇ ਨੇ।
ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪਹਿ ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨਾ ਮਨ ਸਿਉ ਲਿਆਵੈ ਤਬ ਹੀ ਆਤਮ ਤੱਤ ਕੋ ਦਰਸੈ ਪਰਮ ਪੁਰਖ ਕਹਿ ਪਾਵੈ। ਇਹੋ ਜਿਹੇ ਮਹਾਂਪੁਰਸ਼ ਹੁੰਦੇ ਨੇ ਕੋਈ ਵਿਕਾਰ ਉਹਨਾਂ ਨੂੰ ਛੂਹ ਨਹੀਂ ਸਕਦਾ। ਰੋਕ ਬਾਸ਼ਨਾ ਚਾਹ ਮਿਟਾਈ, ਉਹਨਾਂ ਨੇ ਸਾਰੀਆਂ ਬਾਸ਼ਨਾਵਾਂ ਮਨ ਦੀਆਂ ਰੋਕੀਆਂ ਹੁੰਦੀਆਂ ਨੇ। ਕੋਈ ਚਾਹਨਾ ਨਹੀਂ ਹੁੰਦੀ, ਕੋਈ ਇੱਛਾ ਨਹੀਂ ਰੱਖਦੇ ਵੀ ਆਹ ਕੰਮ ਇੱਦਾਂ ਹੋਵੇ, ਆਹ ਚੀਜ਼ ਇੱਦਾਂ ਸਾਨੂੰ ਖਾਣ ਨੂੰ ਮਿਲੇ, ਪਹਿਨਣ ਨੂੰ ਮਿਲੇ। ਖਾਣ ਪੀਣ ਪਹਿਨਣ ਵਿਸ਼ੇ ਭੋਗਾਂ ਦੀ ਸਾਰੀ ਬਾਸ਼ਨਾ ਮਿਟ ਚੁੱਕੀ ਹੁੰਦੀ ਹੈ। ਭਏ ਅਚਾਹ ਏਕ ਲਿਵ ਲਾਈ, ਉਹ ਹਰ ਇੱਕ ਸੁੱਖ ਤੋਂ ਦੁਨੀਆਂ ਦੀਆਂ ਵਾਸ਼ਨਾਵਾਂ ਤੋਂ ਅਚਾਹ ਹੋ ਜਾਂਦੇ ਨੇ। ਯਾਨੀ ਕੋਈ ਚਾਹ ਰਹਿੰਦੀ ਨਹੀਂ, ਕੋਈ ਚਾਹਨਾ ਕੋਈ ਇੱਛਾ ਰਹਿੰਦੀ ਨਹੀਂ, ਅਚਾਹ ਕੋਈ ਵਾਸ਼ਨਾ ਨਹੀਂ, ਨਿਰਿਛਤ ਹੋ ਜਾਂਦੇ ਨੇ। ਸੀਤਲ ਭਇਓ ਰਿਦਾ ਨਿਸ਼ਕਾਮ, ਨਿਸ਼ਕਾਮ ਹੁੰਦੇ ਨੇ, ਕੋਈ ਕਾਮਨਾ ਨਹੀਂ ਹੁੰਦੀ। ਕਾਮਨਾ ਨਾ ਹੋਣ ਕਰਕੇ ਮਨ ਠੰਡਾ ਹੁੰਦਾ। ਸਾਡਾ ਮਨ ਕਿਉਂ ਤਪਦਾ ਸਾਧ ਸੰਗਤ ਜੀ? ਸਾਡੇ ਅੰਦਰ ਕਾਮਨਾਵਾਂ ਬੜੀਆਂ ਨੇ, ਉਹ ਜਿਹੜੀਆਂ ਕਾਮਨਾਵਾਂ ਨੇ ਉਹ ਸਾਡੇ ਮਨ ਨੂੰ ਗਰਮ ਕਰਕੇ ਤਪਾ ਕੇ ਸਾੜ ਕੇ ਰੱਖਦੀਆਂ ਨੇ। ਮਹਾਂਪੁਰਸ਼ਾਂ ਦੇ ਮਨ 'ਚ ਕੋਈ ਕਾਮਨਾ ਹੁੰਦੀ ਨਹੀਂ, ਨਿਸ਼ਕਾਮ ਹੁੰਦੇ ਨੇ। ਇਸ ਕਰਕੇ ਮਹਾਂਪੁਰਸ਼ਾਂ ਦੇ ਹਿਰਦੇ ਠੰਡੇ ਠਾਰ ਹੁੰਦੇ ਨੇ। ਸਹਜਾ ਬ੍ਰਿਤ ਇਸੀ ਕੋ ਨਾਮ, ਸਾਈਂ ਮੀਆਂ ਮੀਰ ਜੀ ਕਹਿੰਦੇ ਬਾਦਸ਼ਾਹ ਇਹਨੂੰ ਹੀ ਸਹਿਜ ਬਿਰਤੀ ਕਹਿੰਦੇ ਨੇ। ਸਹਿਜੇ ਜੋ ਹੋ ਜਾਵੇ ਸੋ ਹੋ ਜਾਵੇ, ਕੋਈ ਉਚੇਚ 'ਚ ਨਹੀਂ ਹੁੰਦੀ। ਇੱਦਾਂ ਹੀ ਹੋਵੇ, ਇੰਜ ਹੋਵੇ, ਇੰਜ ਨਾ ਹੋਵੇ, ਇੱਦਾਂ ਨਹੀਂ ਸੋਚਦੇ। ਜੋ ਸੁੱਤੇ ਸਿੱਧ ਹੋ ਰਿਹਾ ਹੋ ਹੀ ਜਾਵੇ, ਉਹਨੂੰ ਸਹਿਜ ਅਵਸਥਾ ਕਹਿੰਦੇ ਨੇ। ਜੀਵਨ ਮੁਕਤ ਅਵਸਥਾ ਇਹੀ, ਇਹਨੂੰ ਹੀ ਜੀਵਨ ਮੁਕਤ ਅਵਸਥਾ ਕਹਿੰਦੇ ਨੇ। ਜਿਉਂਦਿਆਂ ਹੀ ਉਹ ਬੰਦੇ ਮੁਕਤ ਹੁੰਦੇ ਨੇ, ਮਰ ਕੇ ਮੁਕਤੀ ਲੈਣ ਦੀ ਲੋੜ ਨਹੀਂ ਉਹਨਾਂ ਨੂੰ, ਉਹ ਇੱਥੇ ਹੀ ਮੁਕਤ ਹੋ ਚੁੱਕੇ ਨੇ। ਸੰਸਾਰ ਵੱਲੋਂ ਜਿਉਂਦੇ ਹੀ ਮਰ ਚੁੱਕੇ ਨੇ। ਨਹਿ ਉਥਾਨ ਫੁਰਨੋ ਬਿਦਕੇ ਹੀ, ਉਹ ਆਪਣੇ ਮਨ ਦੇ ਸਾਰੇ ਫੁਰਨੇ ਜਿਹੜੇ ਨੇ ਦਬਾ ਲੈਂਦੇ, ਉਹਦੇ ਫੁਰਨਾ ਉੱਠਦਾ ਹੀ ਨਹੀਂ ਕਿਸੇ ਤਰ੍ਹਾਂ ਦਾ। ਕੋਈ ਫੁਰਨਾ ਪਦਾਰਥਾਂ ਦਾ, ਮਾਇਆ ਦਾ, ਵਿਸ਼ਿਆਂ ਦਾ ਮਨ 'ਚ ਪੈਦਾ ਹੀ ਨਹੀਂ ਹੁੰਦਾ। ਮ੍ਰਿਤਕ ਮਨਿੰਦ ਜਗਤ ਮਹਿ ਅਹੈ, ਉਹ ਦੁਨੀਆਂ ਵਿੱਚ ਮੁਰਦੇ ਦੀ ਤਰ੍ਹਾਂ ਰਹਿੰਦੇ ਨੇ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭੁੱਖ ਹੋਵਣਾ, ਇੰਝ ਰਹਿੰਦੇ ਨੇ ਵੀ ਜਿਵੇਂ ਮਰੇ ਹੁੰਦੇ ਨੇ। ਜਿਉਂਦੇ ਵੀ ਮਰੇ ਬਣ ਕੇ ਮੁਰਦੇ ਬਣ ਕੇ ਰਹਿੰਦੇ ਨੇ। ਸਭ ਰਸ ਤਜ ਆਤਮ ਰਸ ਲਹਿ, ਸਾਰੇ ਰਸ ਛੱਡ ਕੇ ਆਤਮ ਰਸ ਲੈਂਦੇ ਨੇ। ਆਤਮ ਰਸ ਜਿਹੇ ਜਾਨ ਹੀ ਸੋ ਹੈ ਖਾਲਸ ਦੇਵ, ਬ੍ਰਹਮ ਹੈ ਮੋਹ ਮੈਂ ਤਾਸ ਮੈਂ ਰੰਚਕ ਨਾਇਨ ਪੇ। ਆਤਮ ਰਸ ਵਿੱਚ ਰਹਿੰਦੇ ਨੇ, ਮਾਇਆ ਦੇ ਝੂਠੇ ਵਿਸ਼ਿਆਂ ਦੇ ਰਸ ਤਿਆਗ ਦਿੰਦੇ ਨੇ। ਚਿਦਾਨੰਦ ਮਹਿ ਪਾਏ ਬਸੇਰੇ, ਚਿਦਾਨੰਦ ਵਿੱਚ ਵਿਸਵਾਸਾ ਹੁੰਦਾ। ਚੇਤਨ ਬ੍ਰਹਮ ਜੋ ਵਾਹਿਗੁਰੂ ਕਾਲ ਪੁਰਖ ਚੇਤਨ ਹੈ, ਆਨੰਦ ਸਰੂਪ ਹੈ, ਸੱਤ ਚਿੱਤ ਆਨੰਦ ਹੈ, ਉਸ ਸੱਤ ਚਿੱਤ ਆਨੰਦ ਸਰੂਪ ਵਿੱਚ ਬਿਰਤੀ ਲੱਗੀ ਰਹਿੰਦੀ ਹੈ। ਮਾਇਆ ਵਾਲੇ ਪਦਾਰਥਾਂ ਨਾਮ ਰੂਪ ਵਾਲੀ ਵਸਤੂਆਂ ਜਿਹੜੀਆਂ ਹਨ ਉਹਨਾਂ ਵੱਲ ਬਿਰਤੀ ਨਹੀਂ ਜਾਂਦੀ। ਤ੍ਰਿਣ ਸਮ ਅਪਰ ਰਸਨ ਕੋ ਹੇਰੇ, ਕਹਿੰਦੇ ਜਿੰਨੇ ਰਸ ਨੇ ਸੰਸਾਰ ਦੇ ਉਹਨਾਂ ਨੂੰ ਘਾਹ ਦੇ ਤੀਲੇ ਸਮਾਨ ਤੁੱਛ ਸਮਝਦੇ ਨੇ। ਹਾਂਜੀ, ਮਨ ਰਖੀਕ ਸਿਥਲੇ ਪਰ ਜਾਏ, ਉਹਨਾਂ ਮਹਾਂਪੁਰਸ਼ਾਂ ਦੇ ਮਨ ਅਤੇ ਇੰਦਰੇ ਸਿਥਲ ਹੋ ਜਾਂਦੇ ਨੇ। ਮਨ ਦੇ ਵਿੱਚ ਕੋਈ ਫੁਰਨਾ ਨਹੀਂ ਉੱਠਦਾ, ਮਨ ਵੀ ਸਿਥਲ ਹੋ ਜਾਂਦਾ। ਅੱਖਾਂ ਦੇਖਣ ਨੂੰ, ਕੰਨ ਸੁਣਨ ਨੂੰ, ਜੀਭ ਰਸ ਬੋਲਣ ਚੱਖਣ ਨੂੰ ਉਤਾਵਲੀ ਨਹੀਂ ਹੁੰਦੀ। ਹਾਂਜੀ, ਜਗ ਵਰਤਣ ਸਹਿਜੇ ਸਿੱਧ ਪਾਏ, ਉਹਨਾਂ ਨੂੰ ਸਹਿਜੇ ਹੀ ਜਗਤ ਦੀ ਜਿਹੜੀ ਵਰਤੋਂ
ਪਦਾਰਥ ਖਾਣਾ ਪੀਣਾ ਜੋ ਮਿਲਦਾ ਉਹ ਖਾ ਪੀ ਕੇ ਆਨੰਦ ਵਿੱਚ ਰਹਿੰਦੇ ਹਨ। ਯਤਨ ਜ਼ੋਰ ਤੇ ਕਰਹਿ ਨ ਕੋਇ, ਕੋਈ ਜ਼ੋਰ ਨਾਲ ਯਤਨ ਨਹੀਂ ਕਰਦੇ। ਸੁਭਾਵਕ ਜੋ ਮਿਲਦੇ ਰੁੱਖੀ ਮਿੱਸੀ ਜਿੱਦਾਂ ਦੀ ਵਾਹਿਗੁਰੂ ਨੇ ਦਿੱਤੀ ਉੱਦਾਂ ਦੀ ਖਾ ਲੈਣੀ, ਉਚੇਚ ਨਹੀਂ ਕਰਨੀ ਵੀ ਇੱਦਾਂ ਦੀ ਮਿਲੇ। ਰੁੱਖੀ ਰੋਟੀ ਖਾਏ ਸਮਾਲੇ, ਅੰਤਰ ਬਾਹਰ ਨਦਰ ਨਿਹਾਲੇ। ਜੋ ਵੀ ਵਾਹਿਗੁਰੂ ਦਿੰਦਾ ਉਹ ਖਾ ਕੇ ਸ਼ੁਕਰ 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 ਕਰਦੇ ਰਹਿੰਦੇ ਨੇ। ਹਰ ਵੇਲੇ ਬ੍ਰਹਮ ਵਿੱਚ ਬਿਰਤੀ ਲਾਈ ਰੱਖਦੇ ਨੇ। ਔਰ ਕੀ ਲਹਿਰ ਬਿਲੈ ਸਭ ਹੋਏ, ਮਨ ਦੀਆਂ ਸਾਰੀਆਂ ਲਹਿਰਾਂ ਬਿਲੈ ਹੋ ਜਾਂਦੀਆਂ ਨੇ, ਬਿਲੀਨ ਹੋ ਜਾਂਦੀਆਂ ਨੇ, ਖਤਮ ਹੋ ਜਾਂਦੀਆਂ ਨੇ, ਸਮਾਪਤ ਹੋ ਜਾਂਦੀਆਂ, ਸਮੇਟੀਆਂ ਜਾਂਦੀਆਂ ਨੇ ਮਨ ਦੀਆਂ ਲਹਿਰਾਂ। ਕਰਾ ਮਾਤ ਸਭ ਲੈ ਤਾ ਪਾਵੈ, ਸਾਰੀਆਂ ਕਰਾ ਮਾਤਾਂ ਸ਼ਕਤੀਆਂ ਉਹਨਾਂ ਵਿੱਚ ਸਮਾ ਜਾਂਦੀਆਂ ਨੇ। ਸਾਰੀਆਂ ਸ਼ਕਤੀਆਂ ਦੇ ਮਾਲਕ ਹੁੰਦੇ ਨੇ, ਉਹਨਾਂ ਦੇ ਵਿੱਚ ਸਾਰੇ ਹੀ ਵਾਕ ਸਿੱਧੀ, ਬਚਨ ਸਿੱਧੀ ਆਦਿਕ ਜਿੰਨੀਆਂ ਵੀ ਸਿੱਧੀਆਂ ਨੇ, ਨੌ ਨਿਧੀਆਂ ਨੇ, ਕਰਾ ਮਾਤਾ ਨੇ, ਸਾਰੀਆਂ ਪਾਵਰਾਂ ਨੇ, ਉਹ ਸਾਰੀਆਂ ਆ ਜਾਂਦੀਆਂ ਨੇ ਸੁੱਤੇ ਸਿੱਧੀ। ਪੁਰਨੋ ਹੋਏ ਨਾ ਕਹਾਂ ਲਗਾਵੈ, ਪਰ ਉਹਨਾਂ ਦੇ ਮਨ ਵਿੱਚ ਉਹਨਾਂ ਕਰਾ ਮਾਤਾ ਨੂੰ ਖਰਚ ਕਰਨ ਦਾ ਫੁਰਨਾ ਹੀ ਨਹੀਂ ਉੱਠਦਾ। ਕਿਤੇ ਆਪਣੀ ਸ਼ਕਤੀ ਦਿਖਾ ਕੇ ਆਪਣੀ ਪ੍ਰਸਿੱਧੀ ਕਰਾਉਣੀ ਨਹੀਂ ਲੋੜਦੇ, ਹੋਰ ਵੀ ਕਿਸੇ ਤਰੀਕੇ ਨਾਲ ਉਸ ਕਰਾਮਾਤ ਨੂੰ ਆਪਣੇ ਸੁੱਖ ਲਈ ਨਹੀਂ ਵਰਤਦੇ। ਤਿੰਨ ਅੰਤਰ ਬਲ ਵੱਡ ਹੋਏ ਜਾਵੈ, ਉਹਨਾਂ ਸਾਧੂਆਂ ਦੇ ਅੰਦਰ ਬੜੀ ਮਹਾਨ ਸ਼ਕਤੀ, ਬੜਾ ਭਾਰੀ ਬਲ ਹੋ ਜਾਂਦਾ। ਕਿੰਨਾ ਕੁ ਬਲ ਹੋ ਜਾਂਦਾ? ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਵੇ। ਜਿੰਨੀ ਪਰਮੇਸ਼ਰ ਦੀ ਸ਼ਕਤੀ ਹੈ ਓਨੀ ਉਹਦੇ ਪਿਆਰਿਆਂ ਦੀ ਵੀ ਹੋ ਜਾਂਦੀ ਹੈ। ਬੇਅੰਤ ਪਾਵਰਾਂ ਦੇ, ਸ਼ਕਤੀਆਂ ਦੇ, ਤਾਕਤਾਂ ਦੇ ਮਾਲਕ ਹੋ ਜਾਂਦੇ ਨੇ। ਬਲਕਿ ਕਈ ਵਾਰੀ ਤਾਂ ਐਸਾ ਹੁੰਦਾ ਵੀ ਵਾਹਿਗੁਰੂ ਦੇ ਕੀਤੇ ਨੂੰ ਵੀ ਮੋੜ ਦਿੰਦੇ ਨੇ। ਪਰਮੇਸ਼ਰ ਉਹਨਾਂ ਦੇ ਬਚਨ ਮੰਨ ਲੈਂਦਾ ਹੈ। ਮੇਰੀ ਬਾਂਧੀ ਭਗਤ ਛੁਡਾਵੈ, ਬਾਂਧੈ ਭਗਤ ਨ ਛੂਟੈ ਮੋਹੇ, ਏਕ ਸਮੇਂ ਮੋਕੋ ਹੁਣ ਬਾਂਧੈ, ਏਕ ਸਮੇਂ ਮੋਕੋ ਗਏ ਬਾਂਧੈ, ਤੋਹਫੁਨ ਮੋਪੈ ਜਵਾਬ ਨਾ ਹੋਏ। ਮਹਾਰਾਜ ਕਹਿੰਦੇ ਜੇ ਮੈਂ ਬੰਨ ਦਿਆਂ, ਮੇਰੇ ਭਗਤ ਛੁਡਾ ਲੈਂਦੇ ਨੇ, ਭਗਤ ਬੰਨ ਦੇਣ ਮੈਂ ਨਹੀਂ ਛੁਡਾ ਸਕਦਾ। ਕੋਈ ਇਹੋ ਜਿਹਾ ਟਾਈਮ ਵੀ ਆਉਂਦਾ ਭਗਤ ਮੈਨੂੰ ਵੀ ਬੰਨ ਲੈਂਦੇ ਨੇ, ਫਿਰ ਮੈਂ ਅੱਗੋਂ ਜਵਾਬ ਨਹੀਂ ਦੇ ਸਕਦਾ। ਹਾਂਜੀ, ਫੂਕ ਮਾਰ ਬ੍ਰਹਿਮੰਡ ਉਡਾਵੈ, ਇੰਨੀ ਕੁ ਪਾਵਰ ਦੇ ਮਾਲਕ ਹੁੰਦੇ ਨੇ ਉਹ ਮਹਾਂਪੁਰਸ਼, ਫੂਕ ਮਾਰ ਕੇ ਬ੍ਰਹਿਮੰਡ ਉਡਾ ਸਕਦੇ ਨੇ। ਫੂਕ ਮਾਰ ਬ੍ਰਹਿਮੰਡ ਉਡਾਵਾਂ, ਇੰਨੀ ਤਾਕਤ ਹੁੰਦੀ ਉਹਨਾਂ ਮਹਾਂਪੁਰਸ਼ਾਂ ਵਿੱਚ ਵੀ ਜੇ ਮੂੰਹ ਤੋਂ ਹਵਾ ਦੇ ਨਾਲ, ਫੂਕ ਦੇ ਨਾਲ ਚਾੜਨਾ ਪੂਰੀ ਧਰਤੀ, ਆਸਮਾਨ, ਚੰਦ, ਸੂਰਜ, ਗ੍ਰਹਿ, ਤਾਰੇ ਸਮੇਟ ਸਕਦੇ ਨੇ। ਇੰਨੀ ਪਾਵਰ ਉਹਨਾਂ ਦੇ ਮਨੋਬਲ, ਅਕਾਲ ਪੁਰਖ ਨਾਲ ਇੱਕਮਿਕ ਹੋ ਕੇ, ਕਿਉਂਕਿ ਫਰਕ ਰਹਿ ਨਹੀਂ ਜਾਂਦਾ, ਪਰਮਾਤਮਾ ਦਾ ਹੀ ਰੂਪ ਹੋ ਜਾਂਦੇ ਨੇ। ਦਾਸ ਅਨਿਨ ਮੇਰੋ ਨਿਜ ਰੂਪ, ਮਹਾਰਾਜ ਕਹਿੰਦੇ ਮੇਰੇ ਦਾਸ ਮੇਰਾ ਹੀ ਰੂਪ ਹਨ। ਹਾਂਜੀ, ਸਸ ਸੂਰਜ ਕੇ ਡਕਰੇ ਕਰਾਂ, ਆਹਾ, ਇੰਨੀ ਪਾਵਰ ਹੁੰਦੀ ਹੈ ਵੀ ਉਹ ਮਹਾਂਪੁਰਸ਼ ਚੰਦ ਸੂਰਜ ਦੇ ਡਕਰੇ ਕਰ ਸਕਦੇ, ਟੋਟੇ ਟੋਟੇ ਕਰ ਸਕਦੇ। ਹਾਂਜੀ, ਤਾਰੇ ਤੋਰ ਤੁਰਤ ਕਰ ਤਰੇ, ਉਹਦੇ ਤਾੜੇ ਤਾਰੇ ਤੋੜ ਕੇ ਦਿਖਾ ਸਕਦੇ ਅਸਮਾਨ ਚੋਂ। ਸੋ ਪ੍ਰੰਤ ਨਿਜ ਬ੍ਰਤ ਨਿਭਾਏ, ਪਰ ਬਾਦਸ਼ਾਹ ਉਹ ਕਦੀ ਇੱਦਾਂ ਕਰਦੇ ਨਹੀਂ। ਕੁਦਰਤ ਦੇ ਨਾਲ ਕਾਦਰ ਦੇ ਭਾਣੇ ਵਿੱਚ ਰਹਿ ਕੇ ਵਿਚਰਦੇ ਨੇ, ਕਦੀ ਉਹ ਇੱਦਾਂ ਦੀਆਂ ਕਰਾਮਾਤਾਂ ਸ਼ਕਤੀਆਂ ਦਿਖਾਉਂਦੇ ਨਹੀਂ। ਬਲਕਿ ਭਾਣਾ
ਕਿਵੇਂ ਮੰਨੀ ਦਾ ਹੈ, ਤਾਕਤ ਹੁੰਦਿਆਂ ਮਾਣ ਹੁੰਦਿਆਂ ਨਿਮਾਣੇ ਕਿਵੇਂ ਹੋਈਦਾ ਹੈ, ਤਾਣ ਹੁੰਦਿਆਂ ਨਿਤਾਣੇ ਕਿਵੇਂ ਹੋਈਦਾ ਹੈ, ਇਹ ਮਹਾਂਪੁਰਸ਼ ਪੂਰਨੇ ਪਾ ਦਿੰਦੇ ਪ੍ਰਥਮ ਜੋ ਫੁਰਨਾ ਦਇਓ ਮਿਟਾਏ। ਹਾਂ, ਪਹਿਲਾਂ ਤਾਂ ਉਹਨਾਂ ਨੇ ਫੁਰਨਾ ਹੀ ਮਿਟਾਇਆ ਹੁੰਦਾ ਨਾ, ਫਿਰ ਦੁਬਾਰਾ ਕਿਵੇਂ ਫੁਰਨਾ ਕਰਨਗੇ। ਕਰਾਮਾਤਾਂ ਸ਼ਕਤੀਆਂ ਆਉਣ ਤੋਂ ਪਹਿਲਾਂ ਇਹ ਕਰਾਮਾਤ ਆਉਂਦੀ ਹੈ ਕਿ ਉਹ ਫੁਰਨਾ ਮਿਟਾ ਦਿੰਦੇ ਨੇ। ਜਦੋਂ ਫੁਰਨਾ ਮਿਟ ਗਿਆ ਫਿਰ ਉਹ ਦੁਬਾਰਾ ਉਹਨੂੰ ਫੁਰਨੇ ਨੂੰ ਕਿਉਂ ਲਿਆਉਣਗੇ, ਫੁਰਨਾ ਹੀ ਖਤਮ ਹੋ ਗਿਆ, ਸੰਕਲਪ ਹੀ ਖਤਮ ਹੋ ਗਿਆ। ਫੁਰਨਾ ਉੱਠ ਦੇ ਮਹਿਜਬਾ, ਜਦੋਂ ਮਨ 'ਚ ਕੋਈ ਫੁਰਨਾ ਉੱਠਦਾ ਹੈ, ਅਸ ਪਦ ਤੇ ਉਥਾਨ ਹੋਏ ਤਬਾ, ਤਾਂ ਇਹੋ ਜਿਹੀ ਪਦਵੀ ਤੋਂ ਬਿਰਤੀ ਉੱਖੜ ਜਾਂਦੀ ਹੈ। ਭਾਵ ਬ੍ਰਹਮ ਗਿਆਨੀ ਸਾਧੂਆਂ ਮਹਾਂਪੁਰਸ਼ਾਂ ਨੂੰ ਹਮੇਸ਼ਾ ਇਹ ਖਿਆਲ ਰੱਖਣਾ ਪੈਂਦਾ ਵੀ ਸਾਡੇ ਮਨ 'ਚ ਫੁਰਨਾ ਉੱਠੇ ਹੀ ਨਾ। ਨਿਜ ਫੁਰਨੇ ਪਰ ਥਿਰਤਾ ਧਾਰ, ਉਹ ਆਪਣੇ ਫੁਰਨੇ ਉੱਤੇ ਪੂਰਾ ਕੰਟਰੋਲ ਰੱਖਦੇ ਨੇ, ਆਪਣੇ ਫੁਰਨੇ ਨੂੰ ਆਪਣੇ ਅਧੀਨ ਕਰਕੇ ਰੱਖਦੇ ਨੇ। ਸਾਰੀ ਦੁਨੀਆ ਫੁਰਨਿਆਂ ਦੇ ਪਿੱਛੇ ਭੱਜੀ ਫਿਰਦੀ ਹੈ, ਫੁਰਨਿਆਂ ਦੀ ਨਚਾਈ ਨੱਚਦੀ ਹੈ, ਹਸਾਈ ਹੱਸਦੀ ਹੈ, ਰੋਆਇਆਂ ਰੋਂਦੀ ਹੈ। ਫੁਰਨੇ ਹੀ ਉੱਠਦੇ ਨੇ, ਹੱਸਣ ਦੇ, ਰੋਣ ਦੇ, ਪਿੱਟਣ ਦੇ, ਜੰਮਣ ਦੇ, ਮਰਨ ਦੇ, ਫੁਰਨਿਆਂ ਕਰਕੇ ਸਾਰੇ ਚੱਕਰ ਪੈਂਦੇ ਨੇ। ਫੁਰਨਾ ਹੀ ਮਿਟ ਗਿਆ ਤਾਂ ਸਾਰਾ ਚੱਕਰ ਹੀ ਮਿਟ ਜਾਂਦਾ ਹੈ। ਹੋਏ ਸੁਚੇਤ ਰਹਿ ਚੌਂਕੀਦਾਰ, ਕਹਿੰਦੇ ਉਹ ਮਨ ਦੇ ਮੁਨਸਬ ਹੁੰਦੇ ਨੇ, ਚੌਂਕੀਦਾਰ ਹੋ ਕੇ ਰਹਿੰਦੇ ਨੇ। ਜਿਵੇਂ ਚੌਂਕੀਦਾਰ ਡੰਡਾ ਫੜ ਕੇ ਕਹਿੰਦਾ ਜਾਗਦੇ ਰਹੋ, ਤਿਆਰ ਬਰ ਤਿਆਰ ਰਹਿ ਕੇ ਰਾਤ ਨੂੰ ਪਹਿਰਾ ਦਿੰਦਾ, ਸਿਕਿਉਰਿਟੀ ਕਰਦਾ। ਇੱਦਾਂ ਵਾਹਿਗੁਰੂ ਪਰਮੇਸ਼ਰ ਦੇ ਸੰਤ ਮਨ ਦੇ ਮੁਨਸਬ, ਮਨ ਦੇ ਉੱਤੇ ਚੌਂਕੀਦਾਰਾ ਕਰਦੇ ਨੇ। ਹਾਂਜੀ, ਮਤ ਫੁਰਨਾ ਕਬ ਉੱਠਾ ਹਮਾਰੋ, ਉਹ ਖਿਆਲ ਰੱਖਦੇ ਨੇ ਫੁਰਨਾ ਨਾ ਉੱਠੇ ਮਨ ਵਿੱਚ। ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿੰਨੇ ਫੁਰਨੇ ਸਾਡੇ ਦਿਹਾੜੀ 'ਚ ਉੱਠਦੇ ਨੇ, ਹਜ਼ਾਰਾਂ ਫੁਰਨੇ ਰੋਜ਼ ਉੱਠਦੇ ਨੇ। ਪਰ ਉਹਨਾਂ ਸੰਤਾਂ ਦੀ ਅਤੇ ਸਾਡੇ 'ਚ ਇਹ ਫਰਕ ਹੈ ਸਾਧ ਸੰਗਤ ਜੀ, ਉਹ ਫੁਰਨੇ 'ਤੇ ਕੰਟਰੋਲ ਰੱਖਦੇ ਨੇ, ਫੁਰਨਾ ਉੱਠਣ ਨਹੀਂ ਦਿੰਦੇ। ਉਹ ਉੱਠਣ ਨਾ ਦੇ ਤਾਂ ਰਹਿ ਮਨ ਮਾਰੋ, ਮਹਾਰਾਜ ਸਾਈਂ ਮੀਆਂ ਮੀਰ ਜੀ ਬਾਦਸ਼ਾਹ ਨੂੰ ਦੱਸਦੇ ਨੇ, ਉਹਨਾਂ ਸੰਤਾਂ ਨੇ ਆਪਣਾ ਮਨ ਮਾਰ ਲਿਆ ਹੁੰਦਾ। ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ। ਹਾਂਜੀ, ਪਾਏ ਅਵਸਥਾ ਮ੍ਰਿਤਕ ਮਨਿੰਦ, ਉਹਨਾਂ ਦੀ ਅਵਸਥਾ ਮੁਰਦੇ ਵਰਗੀ ਹੁੰਦੀ ਹੈ। ਜਿਵੇਂ ਮੁਰਦੇ ਦੇ ਮਨ 'ਚ ਕੋਈ ਫੁਰਨਾ ਨਹੀਂ ਉੱਠਦਾ, ਮੁਰਦਾ ਜਿੱਥੇ ਪਿਆ ਪਿਆ, ਇੱਦਾਂ ਹੀ ਉਹ ਜਿੱਥੇ ਬੈਠੇ ਬੈਠੇ ਹੈ, ਕੋਈ ਫੁਰਨਾ ਖਾਣ ਪੀਣ ਪਹਿਨਣ ਹੱਸਣ ਖੇਡਣ ਨੱਚਣ ਟੱਪਣ ਦਾ, ਕਿਸੇ ਤਰ੍ਹਾਂ ਦਾ ਵੀ ਚੰਗਾ ਮਾੜਾ ਕੋਈ ਵੀ ਫੁਰਨਾ ਹੁੰਦਾ ਹੀ ਨਹੀਂ। ਮਗਨ ਰਹਿ ਨਿਤ ਬ੍ਰਹਮਾਨੰਦ, ਉਹ ਬ੍ਰਹਮਾਨੰਦ ਵਿੱਚ ਮਗਨ ਰਹਿੰਦੇ ਨੇ, ਬ੍ਰਹਮ ਅਕਾਲ ਪੁਰਖ ਵਾਹਿਗੁਰੂ ਦੇ ਆਨੰਦ ਵਿੱਚ ਰਹਿੰਦੇ ਨੇ। ਜਿਮ ਸ਼੍ਰੀ ਰਾਮਦਾਸ ਕੇ ਨੰਦਨ, ਹੇ ਬਾਦਸ਼ਾਹ ਦੇਖ ਜਿਵੇਂ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਦੇ ਪੁੱਤਰ ਸ਼੍ਰੀ ਅਰਜਨ ਦੁੱਖ ਦੋਖ ਨਿਕੰਦਨ, ਗੁਰੂ ਅਰਜਨ ਦੇਵ ਜੀ ਮਹਾਰਾਜ ਦੁੱਖਾਂ ਦੇ ਦੋਸ਼ਾਂ ਦਾ ਨਾਸ ਕਰਨ ਵਾਲੇ, ਸ਼ਾਂਤੀ ਦੇ ਧੀਰਜ ਦੇਵ ਸੋਮੇ ਔਰ ਅਜਰ ਨੂੰ ਜਰਨ ਵਾਲੇ ਪੂਰਨ ਬ੍ਰਹਮ ਗਿਆਨੀ ਮਹਾਂਪੁਰਸ਼ ਮੈਂ ਦੇਖੇ ਨੇ। ਲਵਪੁਰ ਮੈਂ ਜਬ ਕੈਦ ਪਰੇ ਹਾਂ, ਜਦੋਂ ਲਾਹੌਰ ਦੇ ਵਿੱਚ ਤੁਸੀਂ ਬੁਲਾਇਆ ਸੀ ਨਾ ਬਾਦਸ਼ਾਹ, ਉਹਨਾਂ ਨੂੰ ਕੈਦ ਕਰ ਲਿਆ ਸੀ ਚੰਦੂ ਨੇ ਆਪਣੇ ਘਰ। ਨਰ ਦੁਸ਼ਟਨ ਬਹੁਤ ਤੰਗ ਕਰੇ ਹੈ, ਚੰਦੂ ਵਰਗੇ ਦੁਸ਼ਟਾਂ ਨੇ ਗੁਰੂ ਜੀ ਨੂੰ ਬੜਾ ਤੰਗ ਕੀਤਾ ਸੀ ਬਾਦਸ਼ਾਹ, ਉਹਨਾਂ ਨੂੰ ਤੱਤੀਆਂ ਤਵੀਆਂ 'ਤੇ ਬਹਾਇਆ ਸੀ, ਤੱਤਾ ਰੇਤਾ ਸੀ ਇਸ ਵਿੱਚ ਪਾਇਆ ਸੀ, ਦੇਗ ਵਿੱਚ ਉਬਾਲਿਆ ਸੀ, ਬੜੇ ਅਸਹਿ ਅਤੇ ਅਕਹਿ ਕਸ਼ਟ ਦਿੱਤੇ ਸਨ ਉਹਨਾਂ ਨੂੰ। ਲੱਖ ਦਰਬ ਦੇਹੋ ਸੁਪਤਨ ਦੇਵਾ, ਬਾਦਸ਼ਾਹ ਕਹਿੰਦਾ, ਚੰਦੂ ਕਹਿੰਦਾ ਸੀ
ਕਿ ਗੁਰੂ ਜੀ ਜੇ ਲੱਖ ਰੁਪਇਆ ਦਿਓਗੇ ਤੈਨੂੰ ਸੌਣ ਦਿਆਂਗਾ। ਹਾਂਜੀ, ਪਾਨ ਕਰੋ ਤਾਂ ਪੀ ਲੱਖ ਲੈਵਾਂ, ਪਾਣੀ ਪੀਣਾ ਤੇ 1 ਲੱਖ ਰੁਪਇਆ ਲੈ ਕੇ ਪਾਣੀ ਪਿਆਵਾਂਗਾ। ਸੁਣ ਸਤ ਸੁਣ ਗੁਰ ਕਹਿਓ ਨਾ ਖਾਏ ਨਾ ਪੀਵਾ। ਗੁਰੂ ਅਰਜਨ ਦੇਵ ਜੀ ਨੇ ਆਖਿਆ ਸੀ ਅਸੀਂ ਨਾ ਪਾਣੀ ਪੀਣਾ ਨਾ ਰੋਟੀ ਖਾਣੀ ਹੈ। ਨਹ ਸੁਪਤਹ ਇੱਕ ਥਲ ਥਿਰ ਥੀਵਾ, ਅਸੀਂ ਜਿੱਥੇ ਬੈਠੇ ਹਾਂ ਇੱਥੇ ਠੀਕ ਹਾਂ, ਅਸੀਂ ਸੌਣਾ ਵੀ ਕੋਈ ਨਹੀਂ। ਹੋਤੇ ਸੰਗ ਸਿੱਖ ਪਿੱਖ ਦੁੱਖ ਲਹਿਓ, ਮਹਾਰਾਜ ਦੇ ਨਾਲ ਜਿਹੜੇ ਸਿੱਖ ਸੀਗੇ ਉਹਨਾਂ ਨੂੰ ਬੜਾ ਦੁੱਖ ਲੱਗਿਆ। ਸਾਈ ਮੀਆਂ ਮੀਰ ਜੀ ਕਹਿੰਦੇ ਮੈਨੂੰ ਵੀ ਬੜਾ ਦੁੱਖ ਲੱਗਾ ਸੀ। ਜੇਠੇ ਅਪਰ ਪੁਰਾਣੇ ਕਹਿਓ, ਭਾਈ ਜੇਠੇ ਦੇ ਪੁਰਾਣੇ ਨੇ ਗੁਰੂ ਸਾਹਿਬ ਨੂੰ ਕਿਹਾ, ਸਾਈ ਮੀਆਂ ਮੀਰ ਜੀ ਨੇ ਵੀ ਇਹ ਗੱਲ ਕਹੀ, ਹੋਰ ਵੀ ਜੋਗੀਆਂ ਪੀਰਾਂ ਨੇ ਆ ਕੇ ਗੱਲ ਕਹੀ ਕਿ ਮਹਾਰਾਜ ਸਾਨੂੰ ਮਾੜਾ ਜਿਹਾ ਹੁਕਮ ਤਾਂ ਦਿਓ, ਫਿਰ ਵੇਖੋ ਇਹਨਾਂ ਮੁਗਲਾਂ ਦਾ ਕੀ ਹਾਲ ਕਰਦੇ ਆ। ਜੇ ਅਬ ਹੋਵੇ ਹੁਕਮ ਹਜੂਰ, ਜੇ ਹੁਣ ਆਪ ਜੀ ਦਾ ਗੁਰੂ ਜੀ ਸਾਨੂੰ ਹੁਕਮ ਹੋ ਜਾਵੇ, ਇਸ਼ਾਰਾ ਹੋ ਜਾਵੇ। ਲਵਪੁਰ ਦਿੱਲੀ ਕਰ ਦਿਓ ਚੂਰ, ਭਾਈ ਪੁਰਾਣਾ ਭਾਈ ਜੇਠਾ ਕਹਿੰਦੇ ਸੀ ਅਸੀਂ ਦਿੱਲੀ ਲਾਹੌਰ ਦੀ ਅੱਟਣ ਹੇਠ ਖੜਕਾ ਦਿਆਂਗੇ। ਇਹ ਕਿਆ ਵਸਤ ਅਵਗਿਆ ਕਰਾਂ, ਇਹ ਕੀ ਚੀਜ਼ ਨੇ ਤੁਰਕ ਜਿਹੜੇ ਬੇਅਦਬੀ ਕਰਦੇ ਆਪ ਜੀ ਦੀ। ਕਰੋ ਨਾਸ਼ ਨਾ ਫਿਰਤਾ ਧਰਾਂ, ਮਹਾਰਾਜ ਇਹਨਾਂ ਨੂੰ ਇੱਕ ਪਲ ਵਿੱਚ ਨਾਸ ਕਰ ਦਈਏ, ਨਜ਼ਰ ਹੀ ਨਾ ਆਉਣ ਦੁਸ਼ਟ। ਕਹਿਓ ਗੁਰ ਤੁਮ ਕਿਤ ਤੇ ਪਾਈ, ਗੁਰੂ ਸਾਹਿਬ ਨੇ ਆਖਿਆ ਸੀ ਭਾਈ ਜੇਠੇ ਤੂੰ ਕਿੱਥੋਂ ਪਾਈ ਹੈ ਸ਼ਕਤੀ। ਪ੍ਰਭੂ ਲੀਨੀ ਤੁਮ ਸੇਵ ਕਮਾਈ, ਭਾਈ ਜੇਠਾ ਦੇ ਪੁਰਾਣਾ ਕਹਿਣ ਲੱਗੇ ਸੀ ਮਹਾਰਾਜ ਤੁਹਾਡੀ ਕਿਰਪਾ ਕਰਕੇ ਤੁਹਾਡੀ ਸੇਵਾ ਕਰਕੇ ਹੀ ਮਿਲੀ ਹੈ। ਕਰਤ ਸੇਵਲੀ ਨਸ ਜਿਹੇ ਪਾਸੀ, ਮਹਾਰਾਜ ਕਹਿਣ ਲੱਗੇ ਜਿਨ੍ਹਾਂ ਦੀ ਸੇਵਾ ਕਰਕੇ ਤੁਸੀਂ ਇੰਨੀ ਸ਼ਕਤੀ ਲਈ ਹੈ। ਤਿੰਨ ਮਹਿ ਸ਼ਕਤ ਹੈ ਕਹਿ ਨਾਹੀ, ਉਹਨਾਂ ਵਿੱਚ ਸ਼ਕਤੀ ਹੈ ਕਿ ਨਹੀਂ, ਯਾਨੀ ਸਾਡੀ ਸੇਵਾ ਕਰਕੇ ਤੁਹਾਨੂੰ ਸ਼ਕਤੀ ਮਿਲ ਗਈ, ਸਾਡੇ 'ਚ ਸ਼ਕਤੀ ਕੋਈ ਨਹੀਂ। ਹਾਂਜੀ, ਹੇ ਪ੍ਰਭੂ ਤੁਮ ਮਹਿ ਸ਼ਕਤ ਅਨੰਤ, ਸਿੱਖ ਕਹਿਣ ਲੱਗੇ ਮਹਾਰਾਜ ਤੁਸੀਂ ਤਾਂ ਸਮੁੰਦਰ ਹੋ, ਸ਼ਕਤੀਆਂ ਦੇ ਕਰਾਮਾਤਾਂ ਦੇ ਭੰਡਾਰੇ ਹੋ ਸਤਿਗੁਰੂ ਜੀ। ਆਦਿ ਨ ਅੰਤ ਮਹਾ ਭਗਵੰਤ, ਤੁਹਾਡੀ ਸ਼ਕਤੀ ਦਾ ਕੋਈ ਆਦਿ ਅੰਤ ਨਹੀਂ ਹੈ, ਕੋਈ ਪਾਰਾਵਾਰ ਨਹੀਂ ਹੈ, ਤੁਸੀਂ ਪਰਮੇਸ਼ਰ ਦਾ ਹੀ ਰੂਪ ਹੋ ਮਹਾਰਾਜ। ਹੁਕਮ ਭਇਓ ਕਰ ਤੂਸ਼ਣ ਧਰਨੇ, ਅਤੇ ਮਹਾਰਾਜ ਕਹਿਣ ਲੱਗੇ ਫਿਰ ਚੁੱਪ ਕਰਕੇ ਸਾਡੀ ਲੀਲਾ ਵੇਖੀ ਚੱਲੋ, ਸਾਡੇ ਕੰਮ 'ਚ ਦਖਲ ਨਾ ਦਿਓ, ਕਰਾਮਾਤਾਂ ਦਿਖਾਉਣ ਦੀਆਂ ਗੱਲਾਂ ਨਾ ਕਰੋ, ਅਸੀਂ ਭਾਣਾ ਮੰਨਣਾ ਸਿਖਾ ਰਹੇ ਹਾਂ ਸਿੱਖਾਂ ਨੂੰ। ਕਾਰਨ ਸਰਬ ਆਪ ਹੈ ਕਰਨੇ, ਅਤੇ ਮਹਾਰਾਜ ਨੇ ਸਾਰੇ ਕਾਰਜ ਕਰਨੇ ਸਨ ਜੋ ਉਹ ਕੀਤੇ, ਆਪ ਸ਼ਹੀਦ ਹੋ ਗਏ 5ਵੇਂ ਪਾਤਸ਼ਾਹ, ਭਾਣਾ ਮੰਨੀ ਮੋੜਿਆ, ਤੇਰਾ ਕੀ ਆ ਮਿੱਠਾ ਲੱਗੇ ਹਰਨਾਮ ਪਦਾਰਥ ਨਾਨਕ ਮੰਗੈ, ਇਹ ਬਚਨ ਸਾਈ ਮੀਆਂ ਮੀਰ ਜੀ ਬਾਦਸ਼ਾਹ ਨੂੰ ਸੁਣਾ ਰਹੇ ਨੇ, ਬਾਦਸ਼ਾਹ ਦੇ ਕੰਨ ਖੁੱਲ੍ਹ ਗਏ ਨੇ। ਅੱਗੇ ਕਥਾ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੀ ਆਪਾਂ ਸਰਵਣ ਕਰਾਂਗੇ ਸਮੇਂ ਦੇ ਲਿਹਾਜ਼ ਨਾਲ ਸਮਾਪਤੀ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਨਾਲ ਨਾਥ ਨਾ ਸਕੇ ਦੀਨ ਦਰਦ ਨਿਵਾਰ, ਏ ਸਮਰਾਥ ਗਮ ਪੂਰਨ ਹੋਏ ਮਾਇਆ ਧਾਰ, ਨਾਨਕ ਮਹਾ ਪਿਆਰ ਨਾਨਕ ਪਾਰੇ ਉਤਾਰ, ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰਬਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।